ਕਿ ਪਿੱਛੇ ਜੇ ਰੌਲਾ ਪਿਆ ਸੀ ਕਿ ਪਾਣੀ ਦੀ ਕੁਆਲਿਟੀ ਬਹੁਤ ਮਾੜੀ ਆ, ਜਿਹੜਾ ਨੋਕਸੈਕ ਰਿਵਰ ਆ ਵਾਸ਼ਿੰਗਟਨ ਸਟੇਟ ਦੇ ਵਿੱਚ, ਅਤੇ ਉਹਦੇ 'ਚ ਇਹ ਕਿਹਾ ਗਿਆ ਸੀ ਕਿ ਇਹ ਕੁਆਲਿਟੀ ਮਾੜੀ ਇਸ ਕਰਕੇ ਆ ਕਿਉਂਕਿ ਇਹਦਾ ਸੋਰਸ ਬੀ ਸੀ ਦੇ ਵਿੱਚ ਆ, ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜਾ ਇੱਧਰਲੇ ਪਾਸੇ ਮਾੜਾ ਪਾਣੀ ਛੱਡ ਰਹੇ ਆ, ਅਤੇ ਜਿਹੜਾ ਅਲਟੀਮੇਟਲੀ ਅਮਰੀਕਾ ਦੇ ਵਿੱਚ ਸਾਡੇ ਨਾਲ ਲੱਗਦੀ ਸਟੇਟ ਇੱਧਰ ਬ੍ਰਿਟਿਸ਼ ਕੋਲੰਬੀਆ ਦੇ ਵਾਸ਼ਿੰਗਟਨ ਉੱਥੇ ਜਾ ਰਿਹਾ ਆ। ਮਹੀਨਾ ਕੁ ਪਹਿਲਾਂ ਵਾਸ਼ਿੰਗਟਨ ਦੇ ਫਾਰਮਰਸ ਨੇ ਅਫੀਸ਼ੀਅਲਸ ਨੂੰ ਇੱਕ ਕਿਹਾ ਸੀ ਕਿ ਬ੍ਰਿਟਿਸ਼ ਕੋਲੰਬੀਆ ਦੀ ਇਨਵੈਸਟੀਗੇਟ ਕਰੋ, ਇਹਨੂੰ ਐਡਰੈਸ ਕਰੋ ਕਿ ਜਿਹੜਾ ਬੈਕਟੀਰੀਆ ਆ ਬਹੁਤ ਜ਼ਿਆਦਾ ਕੈਨੇਡੀਅਨ ਸਾਈਡ ਦੇ ਬਾਰਡਰ ਤੋਂ ਇੱਧਰਲੇ ਪਾਸੇ ਆ ਰਿਹਾ। ਜੁਆਇੰਟ ਲੈਟਰ ਜਿਹੜੀ ਭੇਜੀ ਸੀ ਜੂਨ ਦੇ ਵਿੱਚ ਵਾਟਕਮ ਫੈਮਿਲੀ ਫਾਰਮਰਸ ਨੇ ਅਤੇ ਨੌਰਥ ਲਿੰਡਨ ਵਾਟਰਸ਼ੈੱਡ ਇੰਪਰੂਵਮੈਂਟ ਡਿਸਟ੍ਰਿਕਟ ਨੇ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੂੰ ਕਿਹਾ ਸੀ ਕਿ ਰੂਟੀਨ ਵਾਟਰ ਕੁਆਲਿਟੀ ਟੈਸਟਿੰਗ ਹੋਣੀ ਚਾਹੀਦੀ ਹੈ ਵਾਟਕਮ ਕਾਊਂਟੀ ਦੇ ਵਿੱਚ ਅਤੇ ਸਟੇਟ ਦੇ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ, ਉਹ ਜਿਹੜੀ ਚੈੱਕਅਪ ਹੁੰਦਾ ਆ ਉਹਦੀ ਕੁਆਲਿਟੀ ਦਾ, ਉਹਦੇ ਵਿੱਚ ਇਹ ਪਤਾ ਲੱਗਿਆ ਕਿ 200 ਗੁਣਾ ਜ਼ਿਆਦਾ ਪਾਣੀ ਦੇ ਵਿੱਚ ਬੈਕਟੀਰੀਆ ਨੇ ਜਿੰਨੇ ਕਿ ਸਟੈਂਡਰਡ ਚਾਹੀਦੇ ਆ, ਭਾਵ ਜਿੰਨੇ ਚਾਹੀਦੇ ਆ ਉਹਦੇ ਤੋਂ 200 ਗੁਣਾ ਜ਼ਿਆਦਾ ਪਾਣੀ ਦੇ ਵਿੱਚ ਬੈਕਟੀਰੀਆ ਪਾਏ ਜਾ ਰਹੇ ਆ। ਅਤੇ ਬੀ ਸੀ ਦੀ ਜਿਹੜੀ ਇਨਵਾਇਰਮੈਂਟ ਮਿਨਿਸਟਰੀ ਆ ਉਹਨੇ ਕਿਹਾ ਸੀ ਕਿ ਇਹਦੇ ਮਲਟੀਪਲ ਸੋਰਸਿਸ ਨੇ ਪੂਅਰ ਵਾਟਰ ਕੁਆਲਿਟੀ ਦੇ, ਜਿਹਦੇ ਵਿੱਚ ਐਬਸਫੋਰਡ ਕੰਪੋਸਟ ਫੈਸਿਲਿਟੀ ਵੀ ਇੱਕ ਤਰੀਕੇ ਦੇ ਨਾਲ ਜ਼ਿੰਮੇਵਾਰ ਦੱਸੀ ਜਾ ਰਹੀ ਹੈ। ਪ੍ਰੋਵਿੰਸ ਨੇ ਰਿਸਪੋਂਡ ਤਾਂ ਨਹੀਂ ਕੀਤਾ ਇਹਨਾਂ ਸਪੈਸੀਫਿਕ ਕੁਐਸਚਨਸ ਨੂੰ ਕਿ ਇਹਦੇ ਸੋਰਸ ਆਫ ਕੰਟੈਮੀਨੇਸ਼ਨ ਹੈ ਕੀ, ਵੀ ਕੌਣ ਅਸਲ ਦੇ ਵਿੱਚ ਇਸ ਪਾਣੀ ਨੂੰ ਗੰਧਲਾ ਕਰ ਰਿਹਾ, ਖਰਾਬ ਕਰ ਰਿਹਾ, ਇਹਦੇ 'ਚ ਬੈਕਟੀਰੀਆ ਜਾ ਰਿਹਾ ਅਤੇ ਦੂਜੇ ਪਾਸੇ ਜਾ ਕੇ ਨੁਕਸਾਨ ਕਰ ਰਹੇ ਆ। ਪਰ ਪਰਮਿਟਸ ਨੂੰ ਹੁਣ ਰਿਵਿਊ ਕੀਤਾ ਜਾ ਰਿਹਾ, ਜਿਹੜੇ ਜਿਹਨਾਂ ਦੀ ਡਿਸਚਾਰਜ ਲਿਮਿਟ ਆ ਓਪਰੇਸ਼ਨਸ ਦੀ ਵਾਟਰ ਸ਼ੈੱਡ ਅਤੇ ਇਸੇ ਤਰ੍ਹਾਂ ਕੰਪੋਸਟ ਫੈਸਿਲਿਟੀ ਜਿਹੜੀ ਆ ਉੱਥੇ, ਕਿ ਜਿਹੜਾ ਇਹਨੂੰ ਕਿੰਨੀ ਇਹਨਾਂ ਦੇ ਕੋਲ ਕੀਤਾ ਜਾ ਸਕਦਾ, ਅਤੇ ਉਹ ਕਹਿੰਦੇ ਅਸੀਂ ਕੰਮ ਕਰ ਰਹੇ ਹਾਂ। ਬੀ ਸੀ ਦੀ ਜਿਹੜੀ ਇਨਵਾਇਰਮੈਂਟਲ ਅਪੀਲ ਬੋਰਡ ਆ ਉਹਨਾਂ ਨੇ ਕਨਫਰਮ ਕੀਤਾ ਆ ਕਿ ਇਹਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਆ, ਇਹਨੂੰ ਮੋਨੀਟਰ ਕੀਤਾ ਜਾ ਰਿਹਾ ਅਤੇ ਫਿਰ ਇਸ ਮਸਲੇ ਨੂੰ ਐਡਰੈਸ ਕੀਤਾ ਜਾਊਗਾ, ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਕ ਵੱਡਾ ਇਸ ਚੀਜ਼ ਦਾ, ਇਸ ਵਾਤਾਵਰਨ ਦੀ ਖਰਾਬੀ ਦਾ ਜਿਹੜਾ ਇੱਕ ਮੁੱਦਾ ਆ ਉਹ ਸਾਹਮਣੇ ਆਊਗਾ। ਅਤੇ ਇਹਦੇ ਤੋਂ ਫਿਰ ਜੇਕਰ ਇਹ ਹੋ ਜਾਂਦਾ ਤਾਂ ਉਹਦੇ ਤੋਂ ਬਾਅਦ ਵੀ ਬਚਾਅ ਕੀਤਾ ਜਾ ਸਕਦਾ, ਜੇ ਇੱਧਰਲੇ ਪਾਸਿਓਂ ਸਮੱਸਿਆ ਉੱਧਰਲੇ ਪਾਸੇ ਨੂੰ ਜਾ ਰਹੀ ਆ, ਉਹਦੇ ਤੋਂ ਬਾਅਦ ਹੀ ਇਹਦਾ ਹੱਲ ਜਿਹੜਾ ਕੋਈ ਨਾ ਕੋਈ ਲੱਭਿਆ ਜਾ ਸਕਦਾ। ਕਿ ਪਿੱਛੇ ਜੇ ਰੌਲਾ ਪਿਆ ਸੀ ਕਿ ਪਾਣੀ ਦੀ ਕੁਆਲਿਟੀ ਬਹੁਤ ਮਾੜੀ ਆ, ਜਿਹੜਾ ਨੋਕਸੈਕ ਰਿਵਰ ਆ ਵਾਸ਼ਿੰਗਟਨ ਸਟੇਟ ਦੇ ਵਿੱਚ, ਅਤੇ ਉਹਦੇ 'ਚ ਇਹ ਕਿਹਾ ਗਿਆ ਸੀ ਕਿ ਇਹ ਕੁਆਲਿਟੀ ਮਾੜੀ ਇਸ ਕਰਕੇ ਆ ਕਿਉਂਕਿ ਇਹਦਾ ਸੋਰਸ ਬੀ ਸੀ ਦੇ ਵਿੱਚ ਆ, ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜਾ ਇੱਧਰਲੇ ਪਾਸੇ ਮਾੜਾ ਪਾਣੀ ਛੱਡ ਰਹੇ ਆ, ਅਤੇ ਜਿਹੜਾ ਅਲਟੀਮੇਟਲੀ ਅਮਰੀਕਾ ਦੇ ਵਿੱਚ ਸਾਡੇ ਨਾਲ ਲੱਗਦੀ ਸਟੇਟ ਇੱਧਰ ਬ੍ਰਿਟਿਸ਼ ਕੋਲੰਬੀਆ ਦੇ ਵਾਸ਼ਿੰਗਟਨ ਉੱਥੇ ਜਾ ਰਿਹਾ ਆ। ਮਹੀਨਾ ਕੁ ਪਹਿਲਾਂ ਵਾਸ਼ਿੰਗਟਨ ਦੇ ਫਾਰਮਰਸ ਨੇ ਅਫੀਸ਼ੀਅਲਸ ਨੂੰ ਇੱਕ ਕਿਹਾ ਸੀ ਕਿ ਬ੍ਰਿਟਿਸ਼ ਕੋਲੰਬੀਆ ਦੀ ਇਨਵੈਸਟੀਗੇਟ ਕਰੋ, ਇਹਨੂੰ ਐਡਰੈਸ ਕਰੋ ਕਿ ਜਿਹੜਾ ਬੈਕਟੀਰੀਆ ਆ ਬਹੁਤ ਜ਼ਿਆਦਾ ਕੈਨੇਡੀਅਨ ਸਾਈਡ ਦੇ ਬਾਰਡਰ ਤੋਂ ਇੱਧਰਲੇ ਪਾਸੇ ਆ ਰਿਹਾ। ਜੁਆਇੰਟ ਲੈਟਰ ਜਿਹੜੀ ਭੇਜੀ ਸੀ ਜੂਨ ਦੇ ਵਿੱਚ ਵਾਟਕਮ ਫੈਮਿਲੀ ਫਾਰਮਰਸ ਨੇ ਅਤੇ ਨੌਰਥ ਲਿੰਡਨ ਵਾਟਰਸ਼ੈੱਡ ਇੰਪਰੂਵਮੈਂਟ ਡਿਸਟ੍ਰਿਕਟ ਨੇ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੂੰ ਕਿਹਾ ਸੀ ਕਿ ਰੂਟੀਨ ਵਾਟਰ ਕੁਆਲਿਟੀ ਟੈਸਟਿੰਗ ਹੋਣੀ ਚਾਹੀਦੀ ਹੈ ਵਾਟਕਮ ਕਾਊਂਟੀ ਦੇ ਵਿੱਚ ਅਤੇ ਸਟੇਟ ਦੇ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ, ਉਹ ਜਿਹੜੀ ਚੈੱਕਅਪ ਹੁੰਦਾ ਆ ਉਹਦੀ ਕੁਆਲਿਟੀ ਦਾ, ਉਹਦੇ ਵਿੱਚ ਇਹ ਪਤਾ ਲੱਗਿਆ ਕਿ 200 ਗੁਣਾ ਜ਼ਿਆਦਾ ਪਾਣੀ ਦੇ ਵਿੱਚ ਬੈਕਟੀਰੀਆ ਨੇ ਜਿੰਨੇ ਕਿ ਸਟੈਂਡਰਡ ਚਾਹੀਦੇ ਆ, ਭਾਵ ਜਿੰਨੇ ਚਾਹੀਦੇ ਆ ਉਹਦੇ ਤੋਂ 200 ਗੁਣਾ ਜ਼ਿਆਦਾ ਪਾਣੀ ਦੇ ਵਿੱਚ ਬੈਕਟੀਰੀਆ ਪਾਏ ਜਾ ਰਹੇ ਆ। ਅਤੇ ਬੀ ਸੀ ਦੀ ਜਿਹੜੀ ਇਨਵਾਇਰਮੈਂਟ ਮਿਨਿਸਟਰੀ ਆ ਉਹਨੇ ਕਿਹਾ ਸੀ ਕਿ ਇਹਦੇ ਮਲਟੀਪਲ ਸੋਰਸਿਸ ਨੇ ਪੂਅਰ ਵਾਟਰ ਕੁਆਲਿਟੀ ਦੇ, ਜਿਹਦੇ ਵਿੱਚ ਐਬਸਫੋਰਡ ਕੰਪੋਸਟ ਫੈਸਿਲਿਟੀ ਵੀ ਇੱਕ ਤਰੀਕੇ ਦੇ ਨਾਲ ਜ਼ਿੰਮੇਵਾਰ ਦੱਸੀ ਜਾ ਰਹੀ ਹੈ। ਪ੍ਰੋਵਿੰਸ ਨੇ ਰਿਸਪੋਂਡ ਤਾਂ ਨਹੀਂ ਕੀਤਾ ਇਹਨਾਂ ਸਪੈਸੀਫਿਕ ਕੁਐਸਚਨਸ ਨੂੰ ਕਿ ਇਹਦੇ ਸੋਰਸ ਆਫ ਕੰਟੈਮੀਨੇਸ਼ਨ ਹੈ ਕੀ, ਵੀ ਕੌਣ ਅਸਲ ਦੇ ਵਿੱਚ ਇਸ ਪਾਣੀ ਨੂੰ ਗੰਧਲਾ ਕਰ ਰਿਹਾ, ਖਰਾਬ ਕਰ ਰਿਹਾ, ਇਹਦੇ 'ਚ ਬੈਕਟੀਰੀਆ ਜਾ ਰਿਹਾ ਅਤੇ ਦੂਜੇ ਪਾਸੇ ਜਾ ਕੇ ਨੁਕਸਾਨ ਕਰ ਰਹੇ ਆ। ਪਰ ਪਰਮਿਟਸ ਨੂੰ ਹੁਣ ਰਿਵਿਊ ਕੀਤਾ ਜਾ ਰਿਹਾ, ਜਿਹੜੇ ਜਿਹਨਾਂ ਦੀ ਡਿਸਚਾਰਜ ਲਿਮਿਟ ਆ ਓਪਰੇਸ਼ਨਸ ਦੀ ਵਾਟਰ ਸ਼ੈੱਡ ਅਤੇ ਇਸੇ ਤਰ੍ਹਾਂ ਕੰਪੋਸਟ ਫੈਸਿਲਿਟੀ ਜਿਹੜੀ ਆ ਉੱਥੇ, ਕਿ ਜਿਹੜਾ ਇਹਨੂੰ ਕਿੰਨੀ ਇਹਨਾਂ ਦੇ ਕੋਲ ਕੀਤਾ ਜਾ ਸਕਦਾ, ਅਤੇ ਉਹ ਕਹਿੰਦੇ ਅਸੀਂ ਕੰਮ ਕਰ ਰਹੇ ਹਾਂ। ਬੀ ਸੀ ਦੀ ਜਿਹੜੀ ਇਨਵਾਇਰਮੈਂਟਲ ਅਪੀਲ ਬੋਰਡ ਆ ਉਹਨਾਂ ਨੇ ਕਨਫਰਮ ਕੀਤਾ ਆ ਕਿ ਇਹਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਆ, ਇਹਨੂੰ ਮੋਨੀਟਰ ਕੀਤਾ ਜਾ ਰਿਹਾ ਅਤੇ ਫਿਰ ਇਸ ਮਸਲੇ ਨੂੰ ਐਡਰੈਸ ਕੀਤਾ ਜਾਊਗਾ, ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਕ ਵੱਡਾ ਇਸ ਚੀਜ਼ ਦਾ, ਇਸ
वातावरण की खराबी का जिहड़ा एक मुद्दा आ वो सामने आऊगा ते इहदे तों फिर जेकर यह हो जाता तो उहदे तों बाद भी बचाव किया जा सकता जे इधरले पासे समस्या उधरले पासे नूं जा रही है उहदे तों बाद ही इहदा हल जिहड़ा कोई ना कोई लभ्या जा सकता। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।